ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਹੀ ਸਵਾਗਤ ਕਰਦੇ ਆਂ ਚੈਨਲ ਦੇ ਉੱਪਰ ਤੇ ਅੱਜ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰਨ ਤੇ ਆਪਣੇ ਨੰਬਰ ਨੇ 7340945620 ਚੈਨਲ ਦੇ ਜਿਨ੍ਹਾਂ ਨੇ ਵੀ ਐਡ ਪਾਉਣੀ ਹੋਵੇ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਗੇ ਆ ਜਾਂਦਾ ਜੀ ਸਭ ਤੋਂ ਪਹਿਲੀ ਚੀਜ਼ ਦੇ ਵਿੱਚ ਆਪਣੇ ਕੋਲੇ ਆਇੰਦੀ ਕੰਬਾਈਨ ਐਗਰੀ ਕੈਂਪ ਕੰਗਾ ਜੀ ਕੰਬਾਈਨ ਬਕਾਊਆ ਜੀ 2000 ਹੈਗੀ 12 ਮਾਡਲ ਔਰ ਸੌਰੀ ਦਲੀਪ ਕੰਬਾਈਨ ਹੈ ਜੀ 12 2022 ਮਾਡਲ 2022 ਮਾਡਲ ਹੈ ਜੀ ਕੰਬਾਈਨ ਤੇ ਹਾਲਤ ਵਗੈਰਾ ਤੁਸੀਂ ਵੇਖ ਸਕਦੇ ਹੋ ਬੜੀਆ ਕੰਬਾਈਨ ਪਈ ਹੋਈ ਹੈ ਜੀ ਬਾਕੀ ਜਿਹੜਾ ਤੁਸੀਂ ਵੇਖ ਸਕਦੇ ਹੋ ਬਈ ਕਿਵੇਂ ਹੈਗੀ ਹੈ ਰੰਗ ਰੂング ਤਾਂ ਬਾਕੀ ਸਾਫ਼ ਆ ਤੇ 14.5 ਲੱਖ ਰੁਪਇਆ ਜਿਹੜੀ ਡਿਮਾਂਡ ਆ 98 ਕੁ ਪੈਸੇ ਪਏ ਹੋਏ ਨੇ ਤੇ ਬਾਕੀ ਲੋਕਲ ਹੀ ਚੱਲੀ ਹੋਈ ਆ ਬਾਕੀ ਲੋਕਲ ਹੀ ਚੱਲੀ ਹੋਈ ਆ ਜਿਨ੍ਹਾਂ ਨੇ ਵੀ ਖਰੀਦਣੀ ਹੋਵੇ ਤੁਸੀਂ ਖਰੀਦ ਸਕਦੇ ਹੋ ਲੋਕਲ ਚੱਲੀ ਹੋਈ ਨਵੀਂ ਕੰਬਾਈਨ 2022 ਮਾਡਲ ਆ ਜੀ ਤੇ ਅੱਗੇ ਜਾ ਕੇ ਆ ਜਾਂਦਾ ਜੀ ਆਪਣੇ ਕੋਲੇ ਅਰਜੰਟ ਟਰੈਕਟਰ ਆ ਜੀ ਵਿਕਾਉ ਅਰਜੰਟ ਟਰੈਕਟਰ ਵਿਕਾਊ ਆ ਜੀ ਵੇਖ ਸਕਦੇ ਹੋ ਹਾਲਤ ਵਗੈਰਾ ਦਾ ਵਧੀਆ ਪਿਆ ਹੋਇਆ ਪੰਜਾਬ ਨੰਬਰ ਟਰੈਕਟਰ ਆ ਜੀ ਫਰਸਟ ਓਨਰ ਦੇ ਨਾਮ ਆ ਜਿਨ੍ਹਾਂ ਨੂੰ ਵਧੀਆ ਲੱਗਦਾ ਹੋਵੇ ਉਹ ਖਰੀਦ ਸਕਦੇ ਨੇ ਇਹਨੂੰ ਵਾ ਕੇ ਚਲਾ ਕੇ ਚੈੱਕ ਕਰਕੇ ਦੇਣ ਦੀ ਜਿਹੜੀ ਗਰੰਟੀ ਆ ਵਾ ਕੇ ਚਲਾ ਕੇ ਚੈੱਕ ਕਰਕੇ ਦੇਣ ਦੀ ਗਰੰਟੀ ਆ ਜਿਹੜੀ ਮਾਰਕ ਵੀਰਾਂ ਵੱਲੋਂ ਦਿੱਤੀ ਜਾ ਰਹੀ ਆ ਤੇ ਟਾਇਰ ਹੈਗੇ ਜੀ 45 ਪੈਸੇ ਇੰਜਨ ਗੇਅਰ ਦੀ ਫੁੱਲ ਗਰੰਟੀ ਪਾਵਰ ਸਟੀering ਆਇਲ ਬ੍ਰੇਕ ਨੇ ਸ਼ੋਰੂਮ ਕੰਡੀਸ਼ਨ ਆ ਟਰੈਕਟਰ ਵਿੱਚ ਕੋਈ ਕਮੀ ਨਹੀਂ ਰਿਵਰਸ ਪੀਟੀਓ ਹੈ ਜੀ ਡਬਲ ਕਲਚ ਆ 280000 ਰੁਪਏ ਜਿਹੜਾ ਰੇਟ ਆ ਟਰੈਕਟਰ ਦਾ ਜਿਹੜਾ ਮੰਗਦੇ ਪਏ ਨੇ ਬਾਕੀ ਜਿਨ੍ਹਾਂ ਨੇ ਵੀ ਖਰੀਦਣਾ ਹੋਵੇ ਉਹ ਖਰੀਦ ਸਕਦੇ ਨੇ ਮਾਲਕਾਂ ਦੇ ਜਿਹੜੇ ਨੰਬਰ ਨੇ ਵੀਡੀਓ ਦੇ ਵਿੱਚ ਦਿੱਤੇ ਜਾ ਰਹੇ ਨੇ ਮਹਿੰਦਰਾ ਟਰੈਕਟਰ ਆ ਜਾਂਦਾ ਜੀ ਵਿਕਾਉ ਮਹਿੰਦਰਾ ਟਰੈਕਟਰ ਆ ਜਾਂਦਾ ਜੀ ਵਿਕਾਉ ਦੇਖ ਸਕਦੇ ਹੋ ਪੂਰਾ ਵਧੀਆ ਟਰੈਕਟਰ ਜਿਹੜਾ ਪਿਆ ਹੋਇਆ ਵਾ 2011 ਮਾਡਲ ਆ ਪੰਜਾਬ ਨੰਬਰ ਆ ਫਰਸਟ ਓਨਰ ਦੇ ਨੋਹਾਂ ਜੀ ਇੰਜਨ ਗੇਅਰ ਪੂਰਾ ਓਕੇ ਆ ਨਿਊ ਟਾਇਰ ਆ ਬੈਕ ਵਾਲੇ ਵੀਕੇਟੀ ਦੇ ਫਰੰਟ ਹੈਗੇ ਐਮ ਆਰ ਐਫ ਦੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਸ਼ੋਰੂਮ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਖੇਤੀ ਜੀ ਚਲਾਇਆ ਜੀ ਰੋਪੜੇ ਰੋਪੜੇ ਰਿਆ ਜੀ ਤੇ 3,70,000 ਰੁਪਏ ਇਹਦਾ ਨਾ ਰੇਟ ਆ ਜਿਹੜੇ ਮਾਲਕ ਵੀਰ ਮੰਗਦੇ ਪਏ ਨੇ ਬਾਕੀ ਮੌਕੇ ਦੇ ਉੱਪਰ ਜਿਹੜਾ ਲੈਸ ਕੀਤਾ ਜਾਊਗਾ ਮਾਲਕਾਂ ਦੇ ਜੋ ਵੀ ਨੰਬਰ ਨੇ ਵੀਡੀਓ ਦੇ ਵਿੱਚ ਸਾਡੇ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਨੰਬਰਾਂ ਤੇ ਵੀ ਫੋਨ ਲਾ ਕੇ ਤੇ ਸੌਦਾ ਕਰ ਸਕਦੇ ਹੋ ਜਿਨ੍ਹਾਂ ਨੂੰ ਟਰੈਕਟਰ ਇਹ ਵਧੀਆ ਲੱਗਦਾ ਹੋਵੇ ਜਿਹੜੇ ਵੀਰ ਸੱਜਣ ਮਿੱਤਰ ਖਰੀਦਣਾ ਚਾਹੁੰਦੇ ਹੋਣ ਉਹ ਇਹਨੂੰ ਖਰੀਦ ਸਕਦੇ ਨੇ ਹਾਲਤ ਦਾ ਜਿਹੜਾ ਪੂਰਾ ਵਧੀਆ ਪਿਆ ਹੋਇਆ ਕੰਮ ਕੋਈ ਨਹੀਂ ਭਾਲਦਾਗਾ ਮੌਕੇ ਦੇ ਉੱਪਰ ਵਾਕੇ ਚਲਾ ਕੇ ਚੈੱਕ ਕਰਕੇ ਦੇਣਗੇ ਅਗੇ ਹੈ ਇਹਦਾ ਜੀ HMT 652 2016 ਮਾਡਲ ਹੈ ਜੀ ਨੰਬਰ ਹੈਗਾ ਪੰਜਾਬ ਨਾਲ ਦੇ ਟਾਇਰ ਨੇ 70 ਪੈਸੇ ਤੇ ਆਲ オリジナル ਆ 3300 ਘੰਟਾ ਚੱਲਿਆ ਹੋਇਆ ਜੀ ਮਾਲਕ ਵੀਰਾਂ ਦੇ ਦੱਸਣ ਅਨੁਸਾਰ ਤੇ ਪਾਵਰ ਸਟੀering ਆ ਤੇ 480000 ਰੁਪਇਆ ਟਰੈਕਟਰ ਦੀ ਕੀਮਤ ਹੈ ਜਿਹੜੀ ਮੰਗਦੇ ਪਏ ਨੇ ਬਾਕੀ ਮੌਕੇ ਦੇ ਉੱਪਰ ਘਟਵਾਦ ਕੀਤੀ ਜਾਊਗੀ ਮੌਕੇ ਦੇ ਉੱਪਰ ਘਟਵਾਦ ਹੋ ਜਾਊਗਾ ਰੇਟ ਦੇ ਵਿੱਚੋਂ ਜਿਨ੍ਹਾਂ ਨੇ ਵੀ ਖਰੀਦਣਾ ਹੋਵੇ ਟਰੈਕਟਰ ਇਹਦਾ ਤੁਸੀਂ ਖਰੀਦ ਸਕਦੇ ਹੋ ਬਾਕੀ ਵਾਹ ਕੇ ਚਲਾ ਕੇ ਚੈੱਕ ਕਰਕੇ ਦੇਣ ਜਿਹੜੀ ਗਰੰਟੀ ਆ ਮਾਲਕਾਂ ਨੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਨੇ ਸ਼ੋਅ ਹੋ ਰਹੇ ਨੇ ਫੋਨ ਲਾ ਕੇ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਜਿਨ੍ਹਾਂ ਨੂੰ ਟਰੈਕਟਰ ਵਧੀਆ ਲੱਗਦਾ ਹੋਵੇ ਅੱਗੇ ਜਾ ਕੇ 6522 ਆ ਜਾਂਦਾ ਜੀ ਇੱਕ ਹੋਰ ਟਰੈਕਟਰ ਹੈਗਾ ਜੀ 10 ਮਾਡਲ 10 ਮਾਡਲ ਟਰੈਕਟਰ ਆ ਵਧੀਆ ਪਿਆ ਹੋਇਆ ਵਾ ਪੰਜਾਬ ਨੰਬਰ ਆ 330000 ਰੁਪਿਆ ਟਰੈਕਟਰ ਦੀ ਕੀਮਤ ਆ ਬਾਕੀ ਮੌਕੇ ਦੇ ਉੱਪਰ ਘੱਟ ਵੱਧ ਕੀਤਾ ਜਾਊਗਾ ਰੇਟ ਦੇ ਵਿੱਚੋਂ ਹਾਲਤ ਵਗੈਰਾ ਤੁਸੀਂ ਵੇਖ ਸਕਦੇ ਹੋ ਪੂਰਾ ਵਧੀਆ ਕੰਮ ਕੋਈ ਨਹੀਂ ਭਾਲਦਾਗਾ ਮੌਕੇ ਦੇ ਉੱਪਰ ਘੱਟ ਹੋ ਜਾਊਗਾ ਟਾਇਰ ਓਕੇ ਇੰਜਨ ਗੇਅਰ ਓਕੇ ਆ ਟਾਇਰ ਤੇ ਇੰਜਨ ਗੇਅਰ ਓਕੇ ਆ ਕੰਮ ਕੋਈ ਨਹੀਂ ਭਾਲਦਾਗਾ ਵਾਗੇ ਚਲਾ ਕੇ ਚੈੱਕ ਕਰਕੇ ਦੇਣ ਦੀ ਗਰੰਟੀ ਹੈ ਜੀ ਮਾਲਕਾਂ ਦੇ ਨੰਬਰ ਆ ਜਿਹੜੇ ਵੀਡੀਓ ਦੇ ਵਿੱਚ ਨੇ ਜਿਹੜੇ ਤੁਹਾਨੂੰ ਸ਼ੋਅ ਕੀਤੇ ਜਾ ਰਹੇ ਨੇ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਤੁਸੀਂ ਇਹ ਜਿਹੜਾ ਪੈਟ ਬਾਈਰ ਦਾ ਸੌਦਾ ਜਿਹੜਾ ਕਰ ਸਕਦੇ ਹੋ ਜਿਹਨਾਂ ਨੂੰ ਵਧੀਆ ਲੱਗਦਾ ਹੋਵੇ ਜਿਹੜੇ ਵੀਰ ਭਾਈ ਸੱਜਣ ਮਿੱਤਰ ਖਰੀਦਣਾ ਚਾਹੁੰਦੇ ਹੋਣ ਉਹ ਖਰੀਦ ਸਕਦੇ ਨੇ ਤੇ ਅੱਗੇ ਜਾ ਕੇ ਆਪਣੇ ਕੋਲੇ ਆ ਜਾਂਦਾ ਜੀ ਟਰਾਲਾ ਵਿਕਾਊ ਆ 14 ਫੁੱਟਾ ਟਰਾਲਾ ਜੀ ਬਾਕੀ ਤੁਸੀਂ ਵੇਖ ਸਕਦੇ ਹੋ ਤੇ ਜਹਾਜੀ ਫਾਰਸ਼ਾ ਜੀ 6mm ਦੀ 10 ਇੰਚੀ ਚਾਸੀ ਆ 45 ਪੈਸੇ ਟਾਇਰ ਨੇ 30 ਕੁਆਂਟਲ ਵਜਨ ਆ ਏਰੀਆ ਚੰਡੀਗੜ੍ਹ ਮਹੱਲੀ ਰੇਟ ਹੈਗਾ ਜੀ 310000 ਰੁਪਿਆ ਬੈੱਡ ਨੂੰ ਜਾਲੀ ਵਗੈਰਾ ਲੱਗੀ ਹੋਈ ਆ ਤੇ ਡਿਮਾਂਡ 310000 ਰੁਪਿਆ ਨੰਬਰ ਹੈ ਜਿਹੜਾ ਮਾਲਕਾਂ ਦਾ ਵੀਡੀਓ ਦੇ ਵਿੱਚ ਨੇ ਫੋਨ ਲਾ ਕੇ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਅੱਗੇ ਜਾ ਕੇ ਆ ਜਾਂਦਾ ਜੀ ਨਿਊ ਹਾਲੈਂਡ 3630 ਹਾਲਤ ਰ ਜਿਹੜਾ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਪਿਆ ਹੋਇਆ ਵਾ ਕੰਮ ਕੋਈ ਨਹੀਂ ਭਾਲਦਾਗਾ ਵਾਕੇ ਚਲਾ ਕੇ ਚੈੱਕ ਕਰਕੇ ਦੇਣਗੇ 10 ਮਾਡਲ ਆ ਜੀ ਕੱਦੂ ਵੀ ਨਹੀਂ ਕੀਤਾ ਹੇ ਤੱਕ ਟਰੈਕਟਰ ਦੇ ਨਾਲ ਮਾਲਕਾਂ ਨੇ ਜਿਹੜਾ ਦੱਸਣ ਅਨਸਾਰ ਠੀਕ ਹੈ ਜੀ ਜੋ ਆਪਾਂ ਨੂੰ ਲਿਖ ਕੇ ਆਇਆ ਹੋਇਆ ਆ ਪੋਹ ਜਿਹੜਾ ਇੱਥੇ ਸਾਰਾ ਕੁਝ ਲਿਖਤਾ ਠੀਕ ਹੈ ਜੀ 5 ਲੱਖ ਡਿਮਾਂਡ ਆ ਪੂਰਾ ਵਧੀਆ ਪਿਆ ਹੋਇਆ ਵਾ ਮੌਕਸਰ ਏਰੀਆ ਜੀ ਬਾਕੀ ਮਾਲਕਾਂ ਨੇ ਨੰਬਰ ਆ ਜਿਹੜੇ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੇ ਰਏ ਆ ਫੋਨ ਲਾ ਕੇ ਜੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੌਦਾ ਕਰਨਾ ਹੋਵੇ ਜਿੰਨਾਂ ਨੇ ਵੀ ਸੌਦਾ ਜਿਹੜਾ ਕਰ ਸਕਦੇ ਹੋ ਹਾਲਤ ਰ ਜਿਹੜਾ ਪੂਰਾ ਵਧੀਆ ਪਿਆ ਹੋਇਆ ਵਾ ਕੰਮ ਕੋਈ ਨਹੀਂ ਪਾਲਦਾਗਾ ਮੌਕੇ ਦੇ ਉੱਪਰ ਵਾ ਕੇ ਚਲਾ ਕੇ ਚੱਕਰ ਕਰਕੇ ਜਿਵੇਂ ਦੇਣਗੇ ਅੱਗੇ ਜਾ ਕੇ ਆ ਜਾਂਦਾ ਜੀ ਰੀਪਰ ਪਕਾਊਆ ਜੀ ਇਹ ਕਣਕ ਵੱਢਣ ਵਾਲਾ ਰੀਪਰ ਹੈ ਜੀ 21 ਮਾਡਲ ਆ ਤੇ ਇੱਕ ਨਾਲ ਹੈਰੋਂ ਦਾ ਸੈੱਟ ਵੀ ਨਾਲ ਵਕਾਊ ਆ ਜਿਹੜਾ ਰੀਪਰ ਆ ਉਹਦੀ ਕੀਮਤ ਹੈਗੀ ਆ 1,70,000 ਰੁਪਈਆ ਠੀਕ ਹੈ ਜੀ ਜਿਹੜੀ ਮੈਨੂੰ ਲੈ ਕੇ ਆਈ ਹੋਈ ਆ ਬਾਕੀ ਤੁਸੀਂ ਪੁੱਛ ਲਿਓ ਇਹ 2.5 ਲੱਖ ਦਾ ਹੁੰਦਾ ਵਾ ਜਿਹੜਾ ਕਣਕ ਵੱਢਣ ਵਾਲਾ ਰੀਪਰ ਹੁੰਦਾ ਆ ਪਾ ਤੇ ਅੱਗੇ ਜਾ ਕੇ ਆ ਜਾਂਦੀ ਹੈ ਜੀ 20 ਦੀ ਹੈਰੋਂ ਉਹ ਹੈਗੀ 22 ਮਾਡਲ ਪ੍ਰੈਸ਼ਰ ਵਾਲੀ ਹੈਰੋਂ ਆ ਤੇ ਉਹ ਹੈਗੀ ਜੀ 1,05,000 ਰੁਪਈਆ ਦੀ ਡਿਮਾਂਡ ਆ ਠੀਕ ਹੈ ਜੀ ਇਹ ਜਿਹੜਾ ਰੀਪਰ ਆ ਬਾਈ ਜੀ ਇਹ ਮਹਿੰਗਾ ਹੀ ਹੁੰਦਾ ਜਿਸ ਜਿੱਥੇ ਮਰਜ਼ੀ ਪੁੱਛ ਲਿਓ 2-2 ਲੱਖ ਰੁਪਈਆ 2.5 2.5 ਦੀ ਯਾਨੀ ਕਿ ਸ਼ੁਰੂਆਤ ਹੁੰਦੀ ਸੀਗੀ 2021-22 ਦੇ ਵਿੱਚ ਅਸੀਂ ਪੁੱਛਿਆ ਸੀਗਾ ਉਦੋਂ ਤੇ ਬਾਕੀ ਹੁਣ ਜਿਹੜਾ ਹੋ ਸਕਦਾ ਰੇਟ ਵਧਿਆ ਹੋਵੇ ਉਹਦਾ ਆਪਣੇ ਉਹਦੇ ਬਾਰੇ ਆਪਾਂ ਮੈਂ ਕੋਈ ਕਹਿ ਨਹੀਂ ਸਕਦਾਗਾ ਮੈਂ ਉਹਨੂੰ ਪੁੱਛਿਆ ਸੀਗਾ ਉਹ 2.5 ਲੱਖ ਦਾ ਕਹਿੰਦੇ ਸੀਗੇ ਜਿਹੜੀ ਕਣਕ ਹੱਥੀ ਵੱਢਣ ਵਾਸਤੇ ਜਿਹੜਾ ਵਰਤਿਆ ਜਾਂਦਾ ਪੂਲੀਆਂ ਵੰਗੀਆਂ ਬੰਦਾ ਹੁੰਦਾ ਵਾ ਬਾਕੀ ਤੁਸੀਂ ਮੈਨੂੰ ਨੰਬਰ ਦਿੱਤੇ ਹੋਏ ਆ ਫੋਨ ਲਾ ਕੇ ਜਿਨ੍ਹਾਂ ਨੇ ਵੀ ਖਰੀਦਣਾ ਹੋਵੇ ਤੇ ਖਰੀਦ ਸਕਦੇ ਹੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਆਖਰ ਤੱਕ ਵੇਖਣ ਦੇ ਲਈ ਜਿਉਹਨਾਂ ਨੂੰ ਵਧੀਆ ਲੱਗਦਾ ਹੋਵੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਸਾਰੇ ਜਾਣੇ ਜਰੂਰ ਕਰਿਓ ਧੰਨਵਾਦ